ਬਾਲੀਵੁੱਡ ਦੇ ਕਾਮੇਡੀਅਨ ਭਾਰਤੀ ਸਿੰਘ ਅਦਾਕਾਰਾ ਰਵੀਨਾ ਟੰਡਨ ਅਤੇ ਡਾਇਰੈਕਟਰ ਫਰਾਹ ਖਾਨ ਲਗਾਤਾਰ ਈਸਾਈ ਭਾਈਚਾਰੇ ਦੇ ਖਿਲਾਫ ਗਲਤ ਟਿੱਪਣੀ ਕਰਨ ਤੇ ਵਿਵਾਦਾਂ 'ਚ ਘਿਰਦੀਆਂ ਜਾ ਰਹੀਆਂ ਨੇ। ਜਿਸ ਤੋਂ ਬਾਅਦ ਰਵੀਨਾ ਅਤੇ ਫਰਾਹ ਮਹਾਰਾਸ਼ਟਰ 'ਚ ਬਿਸ਼ਪ ਕੋਲ ਮਾਫੀ ਮੰਗਣ ਲਈ ਪਹੁੰਚੀਆਂ। ਉੱਥੇ ਹੀ ਅਜਨਾਲਾ 'ਚ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਭਾਰਤੀ ਸਿੰਘ ਅਜੇ ਤੱਕ ਸਾਹਮਣੇ ਨਹੀਂ ਆਈ ਹੈ, ਜਿਸ ਕਰਕੇ ਉਹਨਾਂ ਦੀ ਇਸ ਤਰ੍ਹਾਂ ਦੀ ਮਾਫੀ ਨੂੰ ਨਹੀਂ ਮੰਨਿਆ ਜਾਏਗਾ। ਐਕਚੁਅਲੀ ਇਹਨਾਂ ਨੇ ਜਿਹੜੀ ਮਾਫੀ ਮੰਗੀ ਆ ਸਾਡੇ ਮਾਨਯੋਗ ਬਿਸ਼ਪ ਸਾਹਿਬ ਮਹਾਰਾਸ਼ਟਰ, ਇਸ ਮਾਫੀ ਨੂੰ ਅਸੀਂ ਮਾਫੀ ਨਹੀਂ ਮੰਗਦੇ, ਕਿਉਂਕਿ ਇਹਨਾਂ ਨੇ ਦੋ ਦਿਨ ਪਹਿਲੇ ਟਵੀਟ 'ਤੇ ਵੀ ਪੂਰੀ ਟੀਮ ਵੱਲੋਂ ਫਰਾਹ ਖਾਨ ਵੱਲੋਂ ਔਰ ਰਵੀਨਾ ਟੰਡਨ ਵੱਲੋਂ ਜਿਹੜੀ ਮਾਫੀ ਮੰਗੀ ਗਈ ਸੀ, ਅਸੀਂ ਪਿਛਲੇ ਸਮੇਂ ਵੀ ਕਿਹਾ ਸੀ ਕਿ ਇਹਨਾਂ ਨੂੰ ਮਾਫੀ ਜਨਤਕ ਤੌਰ 'ਤੇ ਜਨਤਾ ਦੇ ਸਾਹਮਣੇ ਆਣ ਕੇ ਜਿੱਥੇ FIR ਦਰਜ ਹੋਈ ਆ ਅਜਨਾਲਾ ਤਹਿਸੀਲ ਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ, ਉੱਥੇ ਆਣ ਕੇ ਮਾਫੀ ਮੰਗਣੀ ਪਏਗੀ। ਅਗਰ ਸਾਡੇ ਲੋਕ, ਸਾਡਾ ਸਮਾਜ ਦੇ ਧਰਮ ਗੁਰੂ ਔਰ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਸਹਿਮਤ ਹੋਣਗੇ, ਤਾਂ ਹੁਣ ਇਹਨਾਂ ਨੂੰ ਬੜਾ ਲੰਮਾ ਜਿਹੜਾ ਵਾ ਸਮਾਂ ਮਿਲ ਗਿਆ। ਮੈਂ ਤਾਂ ਆਪਣੇ ਲੋਕਾਂ ਅੱਗੇ ਬੇਨਤੀ ਕੀਤੀ ਸੀ ਕਿ ਤੁਸੀਂ 1 ਤਰੀਕ ਤੱਕ, 1 ਜਨਵਰੀ ਤੱਕ ਸਾਨੂੰ ਟਾਈਮ ਦਿਓ, ਅਸੀਂ ਇਹਨਾਂ 'ਤੇ ਐਕਸ਼ਨ ਲਵਾਂਗੇ। ਪਰ ਇਹਨਾਂ ਲੇਡੀਜ਼ ਦੇ ਉੱਪਰ ਲੱਗਦਾ ਕਿ ਇਸ ਤਰੀਕੇ ਨਾਲ ਕੋਈ ਅਸਰ ਨਹੀਂ ਹੋ ਰਿਹਾ, ਇਹਨਾਂ ਦਾ ਟਾਈਮ ਪੀਰੀਅਡ ਜਿਹੜਾ ਉਹ ਖਤਮ ਹੋ ਰਿਹਾ, ਕਿਉਂਕਿ 3 ਤਰੀਕ ਨੂੰ ਜਿਹੜੇ ਕੋਰਟ ਨੇ ਉਹ ਵੀ ਖੁੱਲ੍ਹ ਜਾਣੇ ਨੇ ਔਰ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਕੋਰਟ ਦਾ ਜਿਹੜਾ ਰੁੱਖ ਕਰਨਗੇ ਔਰ ਇਹ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਫਸਦੀਆਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਅਜਨਾਲਾ 'ਚ ਇਹਨਾਂ ਅਦਾਕਾਰਾਂ ਖਿਲਾਫ ਮਾਮਲਾ ਦਰਜ ਕਰਾਉਣ ਵਾਲੇ ਸੂਬਾ ਪ੍ਰਧਾਨ ਸੋਨੂੰ ਜਾਫਰ ਨੇ ਕਿਹਾ ਕਿ 1 ਬਿਸ਼ਪ ਤੋਂ ਮਾਫੀ ਮੰਗਣ ਨਾਲ ਇਹਨਾਂ ਨੂੰ ਮਾਫ ਨਹੀਂ ਕੀਤਾ ਜਾਏਗਾ। ਅਜਨਾਲਾ ਤੋਂ ਪੰਕਜ ਮੱਲੀ ਦੀ ਰਿਪੋਰਟ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਟਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ WhatsApp ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।